ਮਜ਼ਾ ਠੀਕ ਹੋ ਜੀ ਸਾਰੇ ਹੈ ਸਰੀਆ ਦੇ ਨਾਲ ਅਸੀਂ ਆਈ ਸਿਮਰ ਲੈਣੇ ਜਾ ਰਹੇ ਹਾਂ ਸਾਨੂੰ ਵੀ ਆਈ ਪੀ ਬੜੀ ਗੱਡੀ ਹੈ ਸਾਡਾ ਰੇਵਲ ਮਤਲਬ ਘੁਮਾਦ ਕਰਾਂ ਮਤਲਬ ਘੁਮਾਦ ਹੈ ਜੀ ਅਤੇ ਅਸੀਂ ਆ ਜਾ ਰਹੇ ਹਾਂ ਸਿਮਰ ਲੈਣੇ ਆ ਅਤੇ ਕੀ ਬਾਤ ਹੈ ਅਸਾਂ ਨੇ ਕੋਠਿਆਂ ਦਾ ਕੰਮ ਲੱਗੀ ਹੈ ਸਿਮਰ ਲੈ ਕੇ ਫਿਰ ਤੁਸਾਂ ਨਾਲ ਬਾਕੀ ਗੱਲ ਕਰਦੇ ਹਾਂ ਰਾਹ ਵੀ ਥੋੜ੍ਹਾ ਜਿਹਾ ਕੱਚਾ ਹੈ ਅਤੇ ਸਿਮਰ ਲੈ ਕੇ ਫਿਰ ਤੁਸਾਂ ਨਾਲ ਗੱਲ ਕਰਦੇ ਹਾਂ ਬੜੀ ਮਿਹਰਬਾਨੀ ਇਹ ਅਸੀਂ ਹੁਣ ਸਿਮਰ ਕਹਿੰਦੇ ਹਾਂ ਜੀ ਅਤੇ ਅਸਾਂ ਹੁਣ ਖੜਨੇ ਮੌਸਮ ਭਾਈਆਂ ਨੇ ਘਰ ਉੱਥੇ ਕੰਮ ਲੱਗੇ ਹੈ ਅਤੇ ਅਮਾਦ ਭਾਈ ਸਾਡੇ ਹੁਣ ਸਾਹ ਕੇ ਅਮਾਦ ਭਾਈ ਹੁਣ ਮੈਂ ਚਾਹ ਦੇ ਦਿੱਤੇ ਬਸ ਕਦੋਂ ਅਮਾਦ ਭਾਈ ਤੁਸੀਂ ਹੁਣ ਸਾਹ ਗਏ ਹੋ ਇਹ ਅਸਾਂ ਡੇਵਲ ਸਾਹਿਬ ਨੇ ਜੀ ਅਮਾਦ ਭਾਈ ਇਹ ਹੁਣ ਸਾਹ ਗਏ ਨੇ ਮੇਰਾ ਨਾਂ ਲਈ ਸੋਹਣੇ ਮੈਂ ਹੁਣ ਚਲਾਵਾਂ ਲਗਾ ਦੇੜੀ ਇਹ ਥੋੜ੍ਹੀ ਨਾ ਥੋੜ੍ਹਾ ਜਿਹਾ ਜਿਹੜਾ ਦਮਾਂ ਦੇਣੇ ਸੀ ਬੁਲਾਏ ਦਸ ਦੇਣੇ ਇਸਦੇ ਅਸੀਂ ਆਪ ਹੁਣ ਜੰਗੂ ਇਹ ਅਸੀਂ ਰਸਤੇ ਹੀ ਬਹਿੰਦੇ ਪਏ ਜੀ ਰੇਹੜੀ ਥੋੜ੍ਹੀ ਕਮਜ਼ੋਰ ਹੈ ਥੋੜ੍ਹਾ ਜਿਹਾ ਅਸਾਂ ਕਹਿ ਦੀ ਫਲੋ ਪਾਉਣੇ ਲੈ ਅਤੇ ਸ਼ੌਕ ਕਰੋ ਅਸੀਂ ਵਜ਼ਨ ਅਸਾਂ ਲੱਦੀ ਹੈ ਇਹ ਪਿੰਡ ਮੁਨੀਮ ਹੀ ਹੈ ਸਰ ਸਭ ਗੰਨੋ ਮੈਂ ਬਹੁਤ ਅੱਛੀ ਗੰਨੋ ਮੈਂ ਇਸ ਵਾਰ ਹੋਈ ਹੈ ਜੀ ਪਿੰਡ ਮੁਨੀਮ ਹੈ ਚਲਾ ਪਾ ਗਿਆ ਹੁਕਮ ਹੈ ਜੀ ਬਸ ਕੀ ਕਹਾਂ ਜੀ ਅੱਲਾ ਪਾਕ ਬਾਰਿਸ਼ ਹੀ ਦੇਣੇ ਪੈਣੇ ਗੰਨੋ ਬੜੀ ਤਕੜੀ ਹੋ ਗਈ ਹੈ ਅੱਲਾ ਦੇ ਖੁਦ ਨਾਲ ਅਤੇ ਨੀਲੇ ਸ਼ੀਲੇ ਵੱਲ ਅਤੇ ਅਸੀਂ ਹੁਣ ਕਬਰਿਸਤਾਨ ਕੋਲ ਪਿੰਡ ਮੁਨੀਮ ਦਾ ਬੜਾ ਕਬਰਿਸਤਾਨ ਹੈ ਅਤੇ ਅਸੀਂ ਹੁਣ ਪਹੁੰਚ ਆਏ ਹਾਂ ਜੀ ਇੱਥੋਂ ਹੁਣ ਅਸੀਂ ਘਰ ਬਹਿੰਦੇ ਹਾਂ ਜੁੜ ਕੇ ਦੱਸਦੇ ਹਾਂ ਸਿਮੋਂ ਮਿਸਤਰੀਆਂ ਦੇਣੇ ਹਾਂ ਅਤੇ ਹੁਣ ਬਸ ਲਾਉਣ ਸਿਮੋਂ ਟਕਾ ਕਮੇ ਮੁਕਾਉਣ ਜੀ ਬਾਈ ਜਾਨ ਅਸਾਂ ਕੋਲ ਹੁਣ ਟੇਬਲ ਨਵਾਂ ਆ ਗਿਆ ਮਤਲਬ ਮੋਹਿਦੇ ਦਾ ਨਾਮ ਹੈ ਅਤੇ ਬੜੀ ਵੀ ਪੀ ਹੈ ਗੱਡੀ ਹੈ ਜੀ ਆਪਣੇ ਅਮਲਾਂ ਮੇ ਲੈ ਪਤਾ ਇਹ ਵੀਗੋ ਨੇ ਬਰਾਬਰੀ ਨੇ ਵਜ਼ਨ ਚਾਹੀ ਹੁਣ ਇਹ ਬਸ ਥੋੜ੍ਹੀ ਕਮਜ਼ੋਰ ਹੋ ਗਈ ਹੈ ਬਸ ਕੀ ਕਰਾਂ ਜੀ ਅੱਲਾ ਪਾਕ ਨਾ ਸ਼ੁਕਰ ਹੈ ਹੁਣ ਅਸੀਂ ਬਹਿੰਦੇ ਹਾਂ ਘਰ ਅਤੇ ਫਿਰ ਤੁਸੀਂ ਨਾ ਕੱਲ੍ਹ ਰਾਬਤਾ ਮਾਰ ਸਾਂ ਬਸ ਮੈਂ ਆਪਣੇ ਅਲਫਾਜ਼ ਵਾਪਸ ਕਰਨਾ ਜੀ ਤੋੜ ਪੁੱਛਾਂ ਅਤੇ ਕੋਠੀ ਸਾਹਮਣੇ ਆ ਗਈ ਅੱਲਾ ਨਾ ਹੁਕਮ ਨਾਲ ਅਤੇ ਤੋੜ ਪੁੱਛਾਂ ਫਿਰ ਤੁਸਾਂ ਨਾਲ ਗੱਲਬਾਤ ਕਰਸਾਂ ਸਾਰਾ ਰਾਬਤਾ ਫਿਰ ਕਰਸਾਂ ਜੀ ਜਾਂ ਥੱਕ ਅਤੇ ਜਿਹੜਾ ਹੁਣ ਥੱਕ ਗਏ ਜਿਹੜਾ ਆ ਡੇਵਲ ਅਸਾਂ ਨੇ ਬੜਾ ਵੀ ਆਈ ਪੀ ਡੇਵਲ ਹੈ ਬਸ ਅੱਛਾ ਹੁਣ ਥੱਕ ਗਏ ਚੜ੍ਹਾਈ ਆ ਗਈ ਹੈ ਅਤੇ ਹੁਣ ਮਤਲਬ ਘੁਮਾ ਦੱਸਾਂ ਨਾ ਆ ਗਿਆ ਜੀ ਡੇਵਲ ਉਹ ਤਕੜਾ ਡੇਵਲ ਇਹ ਵੀ ਬੜਾ ਵੀ ਆਈ ਪੀ ਡੇਵਲ ਹੈ ਬੜਾ ਵਜ਼ਨ ਇਹ ਵੀ ਚਲਾਉਂਦਾ 200 ਕਿਲੋ ਵਜ਼ਨ ਇਹ ਚਲਾ ਗੰਨੇ ਰੇੜੀ ਦੇ ਉਹ ਕਹਿੰਦੇ ਮੈਂ ਜ਼ਿਆਦਾ ਨਹੀਂ ਆ ਛੱਡਿਆ 100 ਕਿਲੋ ਬਹੁਤ ਔਖਾ ਪੇ ਚਲਾਉਂਦੇ ਨੇ ਮੈਂ ਕੋਈ ਸਮਝਦੀਆਂ ਨਹੀਂ ਹੁਣ ਮੈਂ ਆਪ ਦੁਬਾਰਾ ਆ ਗਿਆ ਜੀ ਡੇਵਲ ਅਸਾਂ 2 ਕਿਲੋ ਪੱਠੇ ਪੱਠੇ ਨੇ ਥੋੜ੍ਹੇ ਥੱਕ ਬਣੇ ਨੇ ਬਸ ਅੱਛਾ ਕੋਠੀ ਸਾਹਮਣੇ ਆ ਗਈ ਕੋਠੀ ਨੇ ਨਜ਼ਦੀਕ ਅਸੀਂ ਪਹੁੰਚਣੇ ਰਹੇ ਹਾਂ ਚੜਾਈ ਜੀ ਜ਼ੋਰ ਲੱਗ ਚੜਾਈ ਹੈ ਜੀ ਬੜਾ ਜ਼ੋਰ ਦਾ ਲੱਗਣਾ ਜੀ ਗੱਡੀ ਪੋਲੇ ਪੋਲੇ ਚਿਕਨੀ ਹੈ ਪੈਣੀ ਪਈ ਜੀ ਇਹ ਤਕਰੀਬਨ ਅਸੀਂ ਨਜ਼ਦੀਕ ਹੀ ਪਹੁੰਚ ਗਏ ਹਾਂ ਬਸ ਹੁਣ ਤੋਂ ਮੈਂ ਨਹੀਂ ਤੁਸੀਂ ਫਿਰ ਰਾਬਤਾ ਕਰ ਬਸ ਅਸੀਂ ਤਕਰੀਬਨ ਨਜ਼ਦੀਕ ਹੀ ਪਹੁੰਚ ਗਏ ਹਾਂ ਗੇੜੇ ਅਗੇ ਆ ਗਏ ਹਾਂ ਅੱਲਾ ਪਾਕ ਨਾ ਸ਼ੁਕਰ ਦੇ ਰਹਿ ਬਈ ਤਕਰੀਬਨ 10 ਇੱਕ ਦਫ਼ਾ ਰੁਕੇ ਹਾਂ ਪਰ ਦਮਾ ਸਹੀ ਹੈ ਕਰ ਕੇ ਫਿਰ ਵੀ ਕੀ ਬਾਤ ਹੈ ਵੀ ਪਹੁੰਚ ਆਈ ਹਾਂ ਲਾਗੀ ਤੇ ਇਹ ਅਸਾਂ ਨੇ ਮੌਸਮ ਬਈ ਹੁਣ ਬਸ ਤਾਲਾ ਪੇ ਖੋਲ ਲੈਣੇ ਦਰਵਾਜ਼ਾ ਕੋਠੀ ਨਾ ਤੇ ਬਸ ਹੁਣ ਅਸੀਂ ਇੰਟੋ ਧੋ ਲਗੇ ਹਾਂ ਇਹ ਮੌਸਮ ਬਈ ਇੰਟੋ ਧੋ ਗਏ ਨੇ ਜੀ ਬਾਈ ਜਾਨ ਰੇੜੀ ਜਾਂਦਾ ਕਦੇ ਹੋ ਜੀ ਹੁਣ ਮੁਕਾਈ ਉਹ ਦੇੜੀ ਜਾਂਦਾ ਕਦੀ ਮੌਸਮ ਬਈ ਹੈ ਬੜਾ ਵਜ਼ਨ ਹੈ ਪਰ ਕਮੇ ਆ ਕੱਢਣਾ ਪੈਸੀ ਨਾ ਕਰ ਕਮੇ ਆ ਤਕੜਾ ਕਰ ਸੋ ਤਾਂ ਗੱਲ ਮਰਜ਼ੀ ਨਹੀਂ ਜੇ ਰੇੜੀ ਬਸ ਹੁਣ ਫਿਰ ਕੰਮ ਬੜਾ ਗਲਤ ਹੋ ਅਸੀਂ ਅਮਾਦ ਬਾਈ ਤੱਕੀਓ ਆ ਗਾਂ ਤੱਕੀਓ ਜੇ ਅਮਾਦ ਬਾਈ ਅਸਾਂ ਤੋੜ ਲਈ ਤੋੜ ਲਾ ਹੀ ਖੜਿਆ ਅੱਲਾ ਪਾਕ ਨਾ ਸ਼ੁਕਰ ਦੇ ਬਸ ਜੀ ਹੁਣ ਬਸ ਅਸੀਂ ਤੁਸਾਂ ਸ਼ਾਰਟ ਸ਼ਾਰਟ ਕੋਠੀ 'ਤੇ ਕਰਨੇ ਹਾਂ ਕੋਠੀ ਹੁਣ ਬਣਨੀ ਵੀ ਬਸ ਤਿਆਰ ਹੀ ਹੋਣੀ ਦੀ ਅੰਦਾਜ਼ ਹੁਣ ਬਸ ਥੋੜ੍ਹੀ ਬਹੁਤੀ ਰਹਿ ਗਈ ਹੈ ਬੂਟੇ ਛੂਟੇ ਨਾ ਲਾਏ ਹੋਏ ਨੇ ਤੁਸਾਂ ਨਜ਼ਾਰੇ ਕਰਾਉਣੇ ਆ ਅਗਲੀ ਵੀਡੀਓ ਵੀ ਬਸ ਤੁਸਾਂ ਸਾਰੀ ਕੋਠੀ ਸਹੀ ਕਰ ਦੱਸਾਂ ਉਸਨੇ ਬਾਅਦ ਹੀ ਦੱਸਾਂ ਕਿੰਨੇ ਪੈਸੇ ਸ਼ੈਸੇ ਲੱਗੇ ਨੇ ਸਾਰਾ ਕੁਝ ਅੱਛਾ ਕੁਝ ਤੇ ਇਹ ਨਾਲ ਬਣਵਾਇਆ ਦੇਖੋ ਜੀ ਅਤੇ ਅਗਲੀ ਵਾਰ ਤੁਸਾਂ ਫਿਰ ਦੱਸਾਂ ਇਹ ਅਲਾਂ ਬਿਨਾ ਦੱਸਾਂ ਦੇੜੀ ਔਖੀ ਗਲੀ ਚਾੜੀ ਜਾਂਦੀ ਜੀ ਉੱਤੇ ਹੁਣ ਬਸ ਕੋਠੀ ਨਾਲ ਦੁੱਧ ਆ ਗਏ ਹੁਣ ਸਿਮੋਟ ਲਾਉਂਦੇ ਹਾਂ ਬਸ ਇਹ ਹੁਣ ਅਸੀਂ ਕਿਚਨ ਜਿਹੜਾ ਜਿਹੜੀ ਕਹਿੰਦੇ ਹਾਂ ਬਸ ਇੱਥੇ ਹੁਣ ਲਾਉਂਦੇ ਹਾਂ ਅਸੀਂ ਸਿਮੋਟ
ਅਸਲਾਮ ਅਲੈਕੁਮ ਭਾਈਜਾਨ ਹੁਣ ਅਸੀਂ ਇਜਾਜ਼ਤ ਕਰਨੇ ਆ ਤੁਸਾਂ ਕੋਲ ਬਸ ਅਗਲੀ ਵੀਡੀਓ ਚ ਸਾਰੀ ਕੋਠੀ ਦੇ ਬਾਰੇ ਦੱਸਾਂਗੇ ਕੋਠੀ ਕਿੰਨਾ ਖਰਚਾ ਹੋਇਆ ਕੀ ਹਿਸਾਬ ਕਿਤਾਬ ਹੋਇਆ ਬਸ ਅੱਲਾਹ ਹਾਫਿਜ਼ ਜੀ।